प्रधानमंत्री नरेन्द्र मोदी और मेक इन इंडिया की बढ़ावा देंते हुए बेंगलुरु बेंगलुरू स्वदेशी तौर पर विकसित तेज हवाई जहाज में भरी उड़ान अनुराग ठाकुर और आखिज प्रधानमंत्री हुति यह उड़ान स्वदेशी समर्थक भारत की उभरा दी शक्ति का प्रतीक जम्मू कश्मीर प्रशासनिक काउंसिल ने एक सौ छत्ती करोड़ पैंठ लाख रुपए की लागत करने त्रं जिलों चार नमिया उद्योगिक बस्तियां कायम करने की मंजूरी ਡਾਕਟਰ ਜਤੇਦਰ ਸਿੰਘ ਨੇ ਆਖਿਆ ਜੇ ਅੰਤਰਿਕਸ਼ ਤੇ ਖੇਤਰ ਵਿੱਚ ਭਾਰਤ ਦੀ ਅਸੀਮਿਤ ਤੇ ਸੁਖਣੀ ਦੀ ਸਾਕਾਰ ਕਰਨੇ ਚ ਵਿਕਰਮ ਸਾਰਾਭਾਈ ਆਂਤ੍ਰਿਕਸ਼ ਖੋਜ ਕੇਂਦਰ ਨੇ ਨਿਭਾਈ ਮਹੱਤਵਪੂਰਨ ਭੂਮਿਕਾ ਤੇ ਅਮਰਤਪੁਰ ਸਟੇਸ਼ਨ ਸਕੀਮ ਤਹਿਤ ਜੰਮੂ ਰੇਲਵੇ ਸਟੇਸ਼ਨ ਦੀ ਨਵੇਂ ਸਿਰਿਆਕੀ ਤਾਜ਼ਾ ਵਿਕਸਿਤ ਸਕਾਡੋਰੀ ਕਬਰਨ ਦੇ ਸਪ੍ਰਿੰਟ ਚ ਤੁਹਾਨੂੰ ਦਾ ਸਵਾਗਤ ਹੈ ਤੇ ਉਹਨਾਂ ਪੇਸ਼ ਨੇ ਖਬਰਾਂ ਵਿਸਤਾਰ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਮੇਕਿੰਗ ਇੰਡੀਆ ਕੀ ਜ਼ੋਰਦਾਰ ਬੜਾਵਾ ਦਿੰਦੀ ਹੋਈ ਅੱਜ ਬੈਂਗਲੁਰੂ ਚ ਸਵਦੇਸ਼ੀ ਤੌਰ ਤੇ ਵਿਕਸਿਤ ਤੇਜਸ ਅਵਾਈਜ ਜੈਟ ਚ ਉਡਾਨ ਭਰੀ ਇਹ ਉਡਾਨ ਉਹਨੇ ਹਿੰਦੁਸਤਾਨ 에ਰੋਨੌਟਿਕ ਲਿਮਟਿਡ ਦੇ ਦੌਰੇ ਦੌਰਾਨ ਭਰੀ ਇਸ ਦੌਰਾਨ ਉਹਨੇ ਇਸ ਸੰਸਥਾਨ ਚ ਨਿਰਮਾਣ ਸੂਲਤਾਂ ਜਿੰਨੇ ਚ ਤੇਜਸ ਜੈਟ ਦਾ ਉਤਪਾਦਨ ਵੀ ਸ਼ਾਮਿਲ ਹੈ ਦਾ ਵਿਆਪਕ ਪੰਚਾਇਤਾ ਲੈਤਾ ਪ੍ਰਧਾਨ ਮੰਤਰੀ ਮੋਦੀਓ ਨੇ ਸਵਦੇਸ਼ੀ ਰੱਖਿਆ ਉਤਪਾਦਨ ਦੇ ਮਤਵੇ ਉਪਰ ਲਗਾਤਾਰ ਜ਼ੋਰ ਪਾਇਆ ਤੇ ਇਸ ਬਾਰੇ ਪਰਦੇ ਦੇ ਅੰਦਰ ਨਿਰਮਨ ਲਈ ਆਪਣੀ ਸਰਕਾਰ ਦੇ ਯਤਨੇ ਦੀ ਵੀ ਉਜਾਗਰ ਕੀਤਾ ਇਹ ਧਿਆਨਯੋਗ ਗੱਲ ਹੈ ਜੇ ਉਹਲੀ ਸਤਾ ਦੇ ਲੜਾਕੂ ਅਵਾਜ ਤੇਜਸ ਨੇ ਨਿਰਮਨ ਲਈ ਬੱਕ ਬੱਕ ਮੁਲਖੇ ਦੀ ਆਪਣੇ ਪਾਸੇ ਆਕਰਸ਼ਿਤ ਕੀਤਾ ਇਸ ਹੱਦ ਤੱਕ ਨਿਰਮਨ ਲਈ ਜਿਹੜੇ ਸਮਝੌਤੇ ਕੀਤੇ ਗਏ ਨੇ ਉਹਦੇ ਚ ਜੀ ਐਰੋਸਪੇਸ ਤੇ ਹਾਲ ਬਿਸ਼ਕਾਰ ਤੇਜਸ ਲਈ ਐਮ ਕੇ 2 ਸਤਾ ਦਾ ਇੰਜਨ ਪਿਆਰ ਕਰਨਾ ਵੀ ਸ਼ਾਮਿਲ ਹੈ ਇਹ ਸਮਝੌਤਾ ਪ੍ਰਧਾਨ ਮੰਤਰੀ ਹੁੰਦੇ ਅਮਰੀਕੀ ਦੌਰੇ ਦੌਰਾਨ ਕੀਤਾ ਗਿਆ ਹਾ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕਰੋ ਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਤੇਜਸ ਦੀ ਉਡਾਨ ਦੇਸ਼ ਦੀ ਸਵਦੇਸ਼ੀ ਸਮਰਥਿਤ ਤਾਕਤ ਕੀ ਦਰਸਾਉਂਦੀ ਹੈ ਮੰਤਰੀ ਹੋਰੇ ਆਪਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਆਖਿਆ ਜੇ ਦੇਸ਼ ਦੇ ਤਕਨੀਕੀ ਵਿਕਾਸ ਵਿੱਚ ਇੱਕ ਵੱਡੀ ਉਪਲਬਧੀ ਹੈ ਉਹਨੇ ਵੀ ਆਖਿਆ ਜੇ ਇਹ ਦੇਸ਼ ਅਸਿੰਗੀ ਪਰ ਦੀ ਆਤਮ ਨਿਰਭਤਾਲੇ ਰਸਤੇ 'ਚ ਚੱਲਣ ਦੀ ਸਮਰਥ ਨਵਾਂ ਚਾਰਜ ਆਈ ਦੀ ਤੇਜ਼ੀ ਤੇ ਸਾਮਰਿਕ ਨੇਤਰਤਵ ਦਾ ਪਤਾ ਵੀ ਚੱਲਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕਾਮਾ ਰੈਡੀ ਤੇਲੰਗਾਨਾ ਚ ਅੱਜ ਦੁਪਹਿਰੀ ਮਗਰਾ ਇੱਕ ਜਨ ਸਭਾ ਕੀ ਸੰਬੋਧਿਤ ਕੀਤਾ ਉਹਨੇ ਆਖਿਆ ਜੇ ਬੀਜੇਪੀ ਆਪਣੇ ਵਾਅਦੇ ਕੀ ਪੂਰਾ ਕਰਦੀ ਹੈ ਤੇ ਪਾਰਟੀ ਆਸੇ ਦਿੱਤੇ ਜਾ ਕਰਦੇ ਸਭ ਨੇ ਆਸ਼ਵਾਸਨੇ ਕੀ ਪੂਰਾ ਕਰਨੇ ਕੀ ਯਕੀਨੀ ਬਣਾਇਆ ਜਾਗ ਉਹਨੇ ਤੇਲੰਗਾਨਾ ਚ ਹਲਦੀ ਬੋਰਡ ਦੇ ਜਨਜਾਤੀਏ ਵਿਸ਼ਵ ਵਿਦਿਆਲੇ ਕਾਇਮ ਕਰਨੇ ਦੇ ਉਦਾਹਰਨ ਦਿੱਤੇ ਤੇ ਰਾਸ਼ਟਰੀ ਸਤਾ ਉੱਪਰ ਦਿੱਤੇ ਗਏ ਦੇ ਆਸ਼ਵਾਸਨੇ ਕੀ ਪੂਰਾ ਕਰਨੇ ਦੀ ਮਿਸਾਲ ਵੀ ਦਿੱਤੀ ਜਿੰਦੇ ਚ ਮਹਿਲਾ ਆਰਕਸ਼ਣ ਬਿੱਲ ਇੱਕ ਰੈਂਕ ਇੱਕ ਪੈਨਸ਼ਨ 3 ਤਲਾਕ ਤੇ ਰਾਮ ਮੰਦਿਰ ਦਾ ਨਿਰਮਾਣ ਸ਼ਾਮਿਲ ਹੈ ਉਹਨੇ ਆਖਿਆ ਜੇ ਮੋਦੀ ਗਾਰੰਟੀਆਂ ਦੀ ਗਾਰੰਟੀ ਹੈ ਉਹਨੇ ਗਲਾਇਆ ਜੇ ਬੀਜੇਪੀ ਨੇ ਬੈਕਵਰਡ ਤਬਕੇ ਦੇ ਨੇਤਾ ਕੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾਦਾ ਤੇ ਅੱਗੇ ਆਖਿਆ ਜੇ ਬੀਜੇਪੀ ਇਕਲੀ ਨਹੀਂ ਪਾਰਟੀ ਜਿਹੜੀ ਗਰੀਬੀ ਦੀ ਰਾਖੀ ਕਰਦੀ ਹੈ ਇੱਕ ਨਿਆਰਾ ਰਾਸਤਾ ਬਣਾਏਗੀ ਉਪ ਪ੍ਰਾਜਪਾਲ ਮਨੋਜ ਸਿਨੌਂ ਦੀ ਅਧਿਖਤਾ ਚ ਪ੍ਰਸ਼ਾਸਨੀ ਕਾਉਂਸਲ ਨੇ ਜੰਮੂ ਕਸ਼ਮੀਰ ਦੇ 4 ਉਦਯੋਗੀ ਬਸਤੀਆਂ ਕੀ ਕਾਇਮ ਕਰਨੇ ਦੀ ਮਨਜ਼ੂਰੀ ਦਿੱਤੀ ਹੈ ਇੰਦੇ ਚ ਬੁੱਦੀ ਕਠੂਆ ਮੈਡੀ ਸਿਟੀ ਜੰਮੂ ਚੰਦਗਾਮ ਤੇ ਲੇਲਹਾਰ ਪੁਲਵਾਮਾ ਦੀਆਂ ਉਦਯੋਗੀ ਬਸਤੀਆਂ ਸ਼ਾਮਿਲ ਜਿਨਾਂ ਦੀ 136 ਕਰੋੜ ਰੁਪਏ ਦੀ ਰਾਸ਼ ਪੂੰਜੀ ਕਰਨਾ ਹੈ 1379 ਕਨਾਲ ਰਕਬੇ ਵਿਕਸਿਤ ਕੀਤਾ ਜਾਗ ਇੰਨੇ ਰਾਏ ਨਿਵੇਸ਼ ਕੀ ਆਕਰਸ਼ਿਤ ਕਰਨ ਦੇ ਇਲਾਵਾ ਮਕਾਮੀ ਰੋਜ਼ਗਾਰ ਕੀ ਬੜਾ ਵਾਧਾ ਹੋਊਗਾ ਤੇ ਨਿੱਜੀ ਖੇਤਰ ਚ 11000 ਸ਼ਬਦ ਨੌਕਰੀਆਂ ਪੈਦਾ ਆਉਣਗਣ इने प्रजेक्टें अठारह महीने च सूराक्ष मित नमी उद्योगिक वस्तियों की स्थापना सकार आसिया जमू कश्मीर च उद्योगिक विकास उ उद्यमिता बढ़ावा देने वचनबद्धता के अंतर्गत की जाद्रीय मंत्री डॉ जितेंद्र सिंह हो विक्रम साराभही अंतरिक शोध केन्द्र ने भारत की अंतरिक्ष आए खेतर आसे तागे सुखने की साकार करने महत्वपूर्ण भूमिका निभाई है केन्द्रीय मंत्री और अरुवनंपुरम च इसरो आसिया ਵਾਯੂਮੰਡਲ ਦੇ ਸ਼ੋਧ ਲਈ ਸਾਉਂਡਿੰਗ ਰਾਕੇਟ ਸ਼ੁਰੂ ਕਰਨ ਦੇ ਹਿਰਕ ਜੰਤੀ ਸਮਾਰੋਹ ਦੇ ਉਦਘਾਟਨ ਵੇਲੇ ਬੋਲਾਰ ਦੇ ਹੈ ਕੇਂਦਰੀ ਰਾਜ ਮੰਤਰੀ ਬੀ ਮੁਰਲੀ ਦਰਨ ਨੇ ਇਸ ਮੌਕੇ ਉਪਰ ਆਖਿਆ ਜੇ ਇਸਰੋ ਦੇ ਯੋਗਦਾਨ ਦੀ ਪੂਰੀ ਦੁਨੀਆ ਦੇ ਨੇਤਾਵਾਂ ਆਸਿਆ ਪ੍ਰਸ਼ੰਸਾ ਕੀਤੀ ਜਾ ਕਰਦੀ ਹੈ ਇਸਰੋ ਦੇ ਅਧਿਕਸ ਐਸ ਸੋਮਨਾਥ ਹੋਰ ਵੀ ਇਸ ਮੌਕੇ ਉਪਰ ਸ਼ਾਮਿਲ ਹੋਏ ਦੇ ਹੈ ਹਿਰਕੀ ਜੰਤੀ ਹਿਰਕ ਜੰਤੀ ਸਮਾਰੋਹ ਚ ਵਿਕਰਮ ਸਾਰਾਬਾਈ ਅੰਤਰਿਕਸ਼ ਅਨੁਸੰਧਾਨ ਕੇਂਦਰ ਨੇ ਕਈ ਕਾਰਜਕ੍ਰਮ ਕਰਨੇ ਮਿੱਥੇ ਦੇ ਨੇ ਇਸ ਮੌਕੇ ਉਪਰ ਆਰਐਚ 200 ਰਾਕੇਟ ਦੇ ਪਹਿਲੇ ਪ੍ਰਕਸ਼ੇਪਣ ਦੀ संभाले च प्रदर्शनी भी लाई दी है As goes the proverb, a good beginning is half done. So we had a very auspicious beginning, and I think this is testimony to that. उत्तराखंड सिलक्यारा टनल च फसे दे इकताली मजदूरों की सुरक्षित करने आस्ते युद्ध स्तर पर अभियान जारी है राहत टीमें उन खड़ी ड्रिलिंग करने का फैसला किया है कि जे मजदूरों की करने आस्ते सीधी पाइपलाइन बिछाने वाली प्रक्रिया च तकनीकी अड़चन आवा करती है ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮਿਓ ਨੇ ਲਗਾਤਾਰ ਬਚਾਅ ਅਭਿਆਨ ਦੀ ਨਿਗਰਾਨੀ ਕਰਨ ਲਈ ਉੱਥੇ ਪਹੁੰਚੇ ਦਿਨ ਉਹਨੇ ਅਧਿਕਾਰੀਆਂ ਨੂੰ ਸਾਵਧਾਨੀ ਵਰਤਣੇ ਤੇ ਤੌਲੇ ਅਭਿਆਨ ਪੂਰਾ ਕਰਨ ਦੇ ਹੁਕਮ ਵੀ ਦਿੱਤੇ ਨ ਮੁੱਖ ਮੰਤਰੀ ਹੋ ਰਿਹਾ ਕਿ ਜੇ ਇਸ ਅਭਿਆਨ ਚ ਸਾਦਨ ਦੀ ਕੋਈ ਵੀ ਕਮੀ ਨਹੀਂ ਆਉਗ ਕੇਂਦਰੀ ਸਿਹਤ ਮੰਤਰਾਲੇ ਨੇ ਆਖਿਆ ਜੇ ਚੀਨ ਦੇ ਉਤਰੀ ਇਲਾਕੇ 'ਚ H9N2 ਮਹਾਮਾਰੀ ਫੈਲਨੇ ਤੇ ਬੱਚੇ 'ਚ ਸਾਲ ਲੈਣੇ ਸਰਵੰਧੀ ਬਿਮਾਰੀ ਆਉਣੇ ਉੱਪਰ ਨਿਗਰਮਿਤ ਤੱਕ ਰੱਖੀ ਜਾ ਕਰਦੀ ਹੈ ਸਿਹਤ ਮੰਤਰਾਲਿਆ ਸੇ ਜਾਰੀ ਬਿਆਨਾਂ 'ਚ ਆਖਿਆ ਗਿਆ ਹੈ ਜੇ ਚੀਨ ਦੇ 에ਰੀਅਨ ਇਨਫਲੂਐਂza ਦੇ ਦੋਨੇ ਕਿਸਮੇ ਦੇ ਮਾਮਲੇ ਕਰੀ ਭਾਰਤ 'ਚ ਖਤਰੇ ਦੀ ਸੰਭਾਵਨਾ ਬੜੀ ਘੱਟ ਹੈ ਭਾਰਤ ਕੁਤੇ ਵੀ ਸਥਿਤੀ ਕਰਨਾ ਨਿਭਣ ਲਈ ਪੂਰੀ ਚਾਲੀ ਤਿਆਰ ਹੈ ਮੰਤਰਾਲੇ ਨੇ ਦੱਸਿਆ ਹੈ ਜੇ ਹਾਲ ਚਿਰ ਆਮ ਸਿਹਤ ਸੇਵਾਇਆਂ ਦੇ ਨਿਰਦੇਸ਼ਾਂ ਲੈਗੀ ਅਧਿਖਸ਼ਤਾ 'ਚ ਲੱਗੀ ਦੀ ਮੀਟਿੰਗਾਂ 'ਚ ਦੇਸ਼ 'ਚ 에ਸ਼ੀਅਨ ਇਨਫਲੂਐਂza ਦੇ ਮਨੁੱਖਾਂ 'ਚ ਫੈਲਣੇ ਦੀ ਰੋਕਣ ਦੇ ਉਪਾਅਾਂ ਉੱਪਰ ਚਰਚਾ ਕੀਤੀ ਗਈ। ਇਹ ਮੀਟਿੰਗ ਟੀਮ 'ਚ ਪਿਛਲੇ ਮਹੀਨੇ H9N2 ਦੇ ਮਨੁੱਖਾਂ 'ਚ ਪਾਏ ਜਾਣੇ ਵਾਲੇ ਉਸ ਮਾਮਲੇ ਦੀ ਪੁਚੋਕੜ ਚਲਾਈ ਗਈ ਜ ਜਦੀ ਸੂchna ਬਿਸ਼ਵ ਸਵਾਸਥ्‍य ਸੰਗਠਨ ਨੇ ਦਿੱਤੀ ਸੀ। ਸੇਨਾ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪਿੰਦਰ ਦਵੇਦੀ ਹੋਰੇ ਕੱਲ ਰਜੋਰੀ ਜ਼ਿਲ੍ਹੇ ਦੀ ਕਾਲਾਕੋਟ ਥਾਰਾ ਦਾ ਦੌਰਾ ਲਾਈ ਹੈ ਉਸ ਖੇਤਰ ਵਿੱਚ ਕਾਰਵਾਈ ਵਾਲੀ ਸਥਿਤੀਆਂ ਦਾ ਜਾਇਜ਼ਾ ਲੈਤਾ ਉਹਨੇ ਇਹ ਦੌਰਾ ਰਜੋਰੀ ਦੇ ਧਰਮਸਾਲ ਇਲਾਕੇ ਦੀ ਬੱਜੀ ਮਾਲ ਥਾਰਾ ਉੱਪਰ ਇੱਕ ਟਾਕਰੇ ਦੌਰਾਨ ਸੁਰੱਖਿਆ ਬਲਿਆਂ ਆਸਿਆ ਲਸ਼ਕਰੇ ਤੋਇਬਾ ਦੇ ਦੌਂ ਸਿਰੇ ਦੇ ਵਿਦੇਸ਼ੀ ਆਤੰਕਵਾਦੀਆਂ ਦੀ ਮਾਰਨੇ ਦੇ ਬਾਅਦ ਲਾਇਆ ਹੈ ਸੇਨਾ ਕਮਾਂਡਰ ਹੋਰੇ ਇਸ ਮੁਸ਼ਕਲ ਥਾਰਾ ਉੱਪਰ ਤੇ ਖਰਾਬ ਮੌਸਮ ਦੇ ਹਾਲਾਤ ਦੇ ਬਾਵਜੂਦ ਸੁਰੱਖਿਆ ਬਲਿਆਂ ਤੇ ਫੌਜੀ ਕੁੱਤੇ ਡੋਮੀਨੋ ਦੇ ਬਾਦਰੀ ਵਾਲੇ ਜਤਨੇ ਕਰੀ ਹਾਸਲ ਹੋਈ ਦੀ ਸਫਲਤਾ ਲਈ ਸਰਾਹਨਾ ਕੀਤੀ ਹੈ ਸੁਰੱਖਿਆ ਬਲੇ ਕੱਲ ਰਾਮਬੰਦ ਦੇ ਬਨਿਆਲ ਉਪ ਡਿਵੀਜ਼ਨ ਚ ਸਰਨੇয়াল ਜੰਗਲਾਤੀ ਇਲਾਕੇ ਚ ਅਤਨਕਵਾਦੀਆਂ ਦੇ ਇੱਕ ਗੁਪਤ ਠਿਕਾਣੇ ਦਾ ਪਤਾ ਲਾਈਏ ਬੜੀ ਮਾਤਰਾ ਚ ਹਥਿਆਰ ਤੇ ਗੋਲੀਬਾਰੂ ਬਰਾਮਦ ਕੀਤਾ ਬਰਾਮਦ ਕੀਤੇ ਗਏ ਕਈ ਹਥਿਆਰਾਂ 'ਗਿੰਗ ਜੰਗ ਲੱਗੀ ਗਿਦਾ ਹ ਹਥਿਆਰ ਤੇ ਵਿਸਫੋਟਕ ਸਮੱਗਰੀ ਸਰਬੰਧੀ ਕਾਨੂੰਨ ਤਹਿਤ ਖੜੀ ਪੁਲਿਸ ਸਟੇਸ਼ਨ ਚ ਮਾਮਲਾ ਦਰਜ ਕਰੀਏ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 107ਵੇਂ ਐਪੀਸੋਡ ਦੀ ਰਾਸ਼ਤ ਵਿਨਾਸ ਸੰਬੋਧਿਤ ਕਰਨਨ ਇਹ ਪ੍ਰੋਗਰਾਮ ਆਕਾਸ਼ਵਾਨੀ ਦੂਰਦਰਸ਼ਨ ਨਿਊਜ਼ ਪ੍ਰਧਾਨ ਮੰਤਰੀ ਕਾਰ्यालय ਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ YouTube ਚੈਨਲ 'ਤੇ ਉੱਪਰ ਸਿੱਧਾ ਪ੍ਰਸਾਰਿਤ ਕੀਤਾ ਜਾਗ ਆਪਣੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਹੋਰੇ ਲੋਕਿੰਗ ਹੀ ਅਗਰਹਿ ਕੀਤਾ ਜਿਉ ਮਾਈ ਗੋਵ ਜਾਂ ਨਮੋ ਐਪ 'ਤੇ ਆਪਣੇ ਵਿਚਾਰ ਸਾਂਝੇ ਕਰਨ ਉਹਨਾਂ ਦਸਿਆ ਜਿਸ ਪ੍ਰੋਗਰਾਮ 'ਚ ਸਾਂਝੀ ਕੀਤੀ ਜਾਣੇ ਵਾਲੀ ਪ੍ਰੇਰਣਾਦਾਇਕ ਜੀਵਨ ਯਾਤਰਾ ਦੀਆਂ ਕਹਾਣੀਆਂ इसी और मता समृद्ध बना अमृत भारत स्टेशन स्कीम तहत 215 करोड़ रुपए की लागत आली एक योजना तहत जम्मू रेलवे स्टेशन का पूरा स्वरूप बदल दहत मुल्क भर 1275 ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾਗ ਜਿੰਦੇ ਚ ਜੰਮੂ ਰੇਲਵੇ ਸਟੇਸ਼ਨ ਵੀ ਸ਼ਾਮਿਲ ਹੈ ਯੋਜਨਾ ਤਹਿਤ ਸਟੇਸ਼ਨ ਤੋਂ ਦੀ ਲੋਕੀਂ ਦੀ ਪਹੁੰਚ ਕੀ ਬਿਹਤਰ ਬਣਾਉਣ ਦੇ ਇਲਾਵਾ ਆਧੁਨਿਕ ਸਾਰਵਜਨਿਕ ਸਹੂਲਤਾਂ ਵਾਈਫਾਈ ਵਨ ਸਟੇਸ਼ਨ ਵਨ ਪ੍ਰੋਡਕਟ ਅਲਿਏ ਲੋਕੀਆਂ ਦੁਕਾਨਾਂ ਤੇ ਬੌਨੇ ਦੀਆਂ ਸ਼ਾਨਦਾਰ ਥਾਰੇ ਦਾ ਨਿਰਮਾਣ ਵੀ ਸ਼ਾਮਿਲ ਹੈ ਇਸ ਬਿਲੇ ਜਾਰੀ ਨਿਰਮਾਣ ਕਮੇਟਾ ਤਹਿਤ ਦੋ ਇਮਾਰਤਾਂ ਦਾ ਨਿਰਮਾਣ ਕੀਤਾ ਜਾਕਤ ਦਾ ਹੈ ਜਿੰਦੇ ਚ ਇੱਕ ਇਮਾਰਤ ਦਾ ਨਿਰਮਾਣ ਕੰਮ ਸਪੂਰਾ ਹੋ ਨੇ ਆਲਾ ਹੈ ਤੇ ਦੂਈ ਇਮਾਰਤ ਜਿਹੜੀ ਮੁਸਾਫਿਰਾਂ ਦੇ ਬੀਟਿੰਗ ਹਾਲ ਕਰਨੇ ਜੋੜੀ ਜਾਗ ਦਾ ਨਿਰਮਾਣ ਤੇਜ਼ੀ ਕਨ ਚ इस तो बारे अडिशनल डिविजनल मैनेजर राजीव कुमार सिंह और दूरदर्शन समाचार गल करते हुए और जानकारी दी लाइट लगाएगी हाई मास्क लाइट लगाई जाएगी जिससे कि स्टेशन की खूबसूरती बहुत ही अच्छा दिखेगा जम्मू के डिविज़नल कमिश्नर रमेश कुमार जड़े चुनाव सूची निगरान भी हैंन और है कल एक बैठक की प्रधानता की जम्मू जिले में मतदाता फोटो शिनाख्ती क्ड की नजरसानी का जायजा लिया गया बैठक दौरान डिप्टी जिला चुनाव अफसर होने डिवीजनल कमिश्नर हो इस बरे मतदाता फोटो कार्ड की नमें सिरिया बनाने के कमे की ताजा स्थिति बारे जानकारी दी डिवीजनल कमिशनर जायजा लेंद नमें बने मतदाता लोकों आसिया दाखिल गवे के एतराज का भी व्यापक जायजा लगे डिविजनल कमिश्नर हो मतदाता रिटर्निंग अफसरों पर जोर इस बारे जारे लोग जागरूकता पैदार बरे के हो चुके नौजवाने अपने मतदाता सूची दर्ज करवाने प्रेरित कर डोडा के गौरमेंट हायर सकेंडरी स्कूल बॉयज च रिस्ती कल्चर अकैडमी आसया एक सांस्कृतिक उत्सव करवाया गया ए आयोजन अकैडमी आसे पूरे जम्मू कश्मीर करवाए जा कर सास्कृतिक उत्सवें तहत करवाया गया कल्चर अकैडमी के सैकट्री भारत सिंह रहे और कार्यक्रम की अध्यक्षता की, थी, से पाक, पाक की जिले के डोडा के डिप्टी कमिश्नर हरविंदर सिंह और मुख्य तौर पर शिरकत की थी अपने भाषण से सैक्रेटरी रहे प्रदेश की बारें की मकामी संस्कृति की बधाने फैलाने पर जोर भर डिप्टी कमिश्नर और जिले की मकामी संस्कृति से कलाएं की अगड़ा चुकने लल्चरल अकैडमी के जत्ने की सराहना की आर्टिस्ट है या जो हमारा रीजनल कल्चर है इसको हम पहले इसी को प्रमोट करें इसको अपॉर्चुनिटी दें और कुछ इससे आइडेंटिफिकेशन होगी थोड़ी आर्टिस्ट की तो उसको हम बड़े प्लेटफॉर्म पर भी ले जाने के लिए हमारे पास ऑप्शन हैं ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਰਬੰਧ ਵਿੱਚ ਪੁਨਛਤੀ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਦਾ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਏ ਦੇ ਇਹ ਨਗਰ ਕੀਰਤਨ ਸ਼ਰਾਂ ਤੇ ਦਰਸ਼ਨੀ ਬਾਜ਼ਾਰ ਅਮਰ ਮਾਰਕੀਟ ਤੇ ਬਸੜੇ ਤੋਂ ਆਉਂਦੇ ਵਾਪਸ ਗੁਰਦੁਆਰਾ ਸਿੰਘ ਸਭਾ ਪੁੱਜੀਏ ਸੰਪਾਨੋਆ ਇਹਦੇ ਵਿੱਚ ਬੜੀ ਮੱਤੀ ਗਿਣਤੀ ਚ ਸੰਗਤ ਸ਼ਾਮਲ ਹੋਏ ਤੇ ਨੌਜਵਾਨਾਂ ਦੀ ਤਰਫੋਂ ਦਾ ਸਿੱਖ ਯੁੱਧ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਅੱਜ ਆਪ ਜੀ ਦੇਖ ਰਹੇ ਹੋ ਇੱਕ ਮਹਾਨ ਨਗਰ ਕਿਸਨ ਜੋ ਕਿ ਗੁਰਦੁਆਰਾ ਸੇਗੋ ਸਿੰਘ ਸਭਾ ਦੇ ਵਿੱਚੋਂ ਕੱਟੇ ਗਏ ਨੇ ਜਿਹਦੇ ਵਿੱਚ ਬਿਨਾਂ ਮੱਥੋਂ ਮਿਲਣ ਹਜ਼ਾਰਾਂ ਦੇ ਜਾਗਤ ਵਿੱਚ ਸਗਰਤ ਸ਼ਾਮਣ ਉਦਮਪੁਰ ਚ ਅੱਜ ਛੇਤਰ ਮੇਂ ਮੀਰਪੁਰ ਬਲੀਦਾਨ ਦਿਵਸ ਉਪਰ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉਦਮਪੁਰ ਸ਼ਹਿਰਾ ਦੇ ਵਿਦਮੰਦਿਚ ਅਵਨਯਗੇ ਦਾ ਸਰਿਸਤਾ ਕੀਤਾ ਗਿਆ ਜਿਦੇ ਚ ਮੀਰਪੁਰ ਨਿਵਾਸੀਆਂ ਦੇ ਇਲਾਵਾ ਮਕਾਮੀ ਲੋਕ ਵੀ ਸ਼ਾਮਿਲ ਹੋਏ ਇਹਦੇ ਬਾਅਦ ਅਦਰਸ਼ ਕਲੋਨੀ ਸ਼ਰਧਾਂਜਲੀ ਪਾਰਕ ਵਿੱਚ ਸਥਿਤ ਮੀਰਪੁਰ ਸ਼ਹੀਦੀ ਸਮਾਰਕ ਉਪਰ ਫੁੱਲ ਚੜਾਈ ਸ਼ਰਧਾਂਜਲੀ ਕਾਰਕਮੇ ਦਾ ਆਯੋਜਨ ਕੀਤਾ ਗਿਆ 6 ਵਰਸ਼ ਕੀ ਤਰ੍ਹਾਂ ਹਮ ਯਹਾਂ ਜੋ ਮੀਰਪੁਰ ਜ਼ਿਲ੍ਹਾ ਕੇ ਸ਼ਹੀਦ ਹੋਏ ਹਨ और बाकी भी जो शहीद हैं उनको श्रद्धांजलि अर्पित करने के लिए महावेद मंदिर में हम यज्ञ करते हैं और उनको अपनी श्रद्धांजलि अर्पित करते हैं रामबन के नमें डिप्टी कमिश्नर बशीर उल हक चौधरी होके तीन पुजने से रामबन जिले के लोगों दसें मदें पर पूरा उतरने लिए केंद्र शासित प्रदेश की सरकार की प्रतिबद्धता दोहराया है उन्हें यह गल अ प्रमुख लोगों मीडियाकर्मियों के मलाटी दौरान आखी उन्हें आख्या जो हर हफ्ते मंगलवार तो वीरवार साढ़े ग्यारह बजे थमा दपहरी ढाई बजे तोड़ी लोगों दिए समस्याएं सुन गए स्कीम है जो ऑनरेबल प्राइम मिनिस्टर ऑफ इंडिया ने लॉन्च की है उनको किस तरीके से हर गरीब आदमी तक पहुंचाया जाए ट्यूसडे यानी मंगलवार को और थर्सडे यानी वीरवार को सुबह साढ़े ग्यारह से ढाई बजे जो है पब्लिक मुलाकात का टाइम रखा ये अब आज के बाद जो है हमारा कंट्रोल रूम जो है वो ट्वेंटी फोर सेवन बारह महीने जो है उसमें हर सर्विसेज के ऊपर जो है हम लोगों से फीडबैक लेंगे और उन सर्विसेज को कैसे इंप्रूव किया जाता है जम्मू कश्मीर बिजली किराए च पंद्रह फीसद बाधे के असर की घट करने के लिए प्रदेश बिजली विकास महकमे ने नए सिरे तहत किए गए किराए से इलेक्ट्रिसिटी ड्यूटी की वापस लेने की घोषणा की है यह फैसला जम्मू कश्मीर के ज्वाइंट बिजली नियामक कमिश्नर की तरफा जारी नमें बिजली किराए के बाद गया है इस बारे पहली दिसंबर सव लागू होगा बिजली विकास महकमे ने उपभोक्ताए की रियायती मूल्यों पर उच्च दी की बिजली हासिल नेका सुधार लागू कि विश्व विरासत दिवस हर बरे उन्नी सव पंजी नवंबर की मनाया है इस सप्ताह कला संस्कृति ते विरसे बारे जागरूकता बधाने समर्पित है डोगरा कला ते संस्कृति के संरक्षण के कमें च लगे अभिलेखाकार पुरातत्व से संग्रहालय के विभाग आसिया यह सप्ताह जोशो खरोशन मनाया जा रहा है इस मौके उपर दुर्लभ हस्तलिप शाही फोटुएं चित्रें एतिहासिक दस्तावेजें की एक खास प्रदर्शनी आरकाइव्ज रिपोजिटरी जम्मू लाई गई है बूलों के बच्चों की इतिहास से कलाए बारे जागरूक करने सिखलाई प्राप्त गाइडें की दिखरेख च इस प्रदर्शनी के दौरे करवाए जा बड़ा, बड़ा नया एक्सपीरियंस हा सी स्कूला के क्लास नाइन टेन के बच्चे इधर आए उन्हें दिखा अपनी पुरानी हिस्ट्री जम्मू एंड कश्मीर बारे इधर अलग अलग महाराजा जब दिखे तो मैन बड़ा गर्व हो रहा है कि मैं एक डोगरा बच्चे आए स्टूडेंट्स आए और, और भी जो हिस्टोरियंस आर्ट लवर्स सभी आए और सबने यहां आकर बड़े ही चाव से जो हमने डिस्प्ले किया हुआ डी खबरें